ਵੈਲਕਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਔਰ ਅੱਜ ਪਹੁੰਚ ਗਿਆ ਵਾਂ ਮੈਂ ਸ਼ਾਨ ਰੈਸਟੋਰੈਂਟ ਦੇ ਉੱਤੇ, ਇੰਡੀਅਨ ਐਂਡ ਪਾਕਿਸਤਾਨੀ ਕੁਜ਼ੀਨ ਟੂ ਗੋ ਐਂਡ ਕੈਟਰਿੰਗ। ਮਤਲਬ ਕਿ ਤੁਸੀਂ ਚਾਹੋ ਤਾਂ ਆਪਣੇ ਘਰ ਵਾਸਤੇ ਵੀ ਬਣਵਾ ਸਕਦੇ ਹੋ। ਅਗਰ ਤੁਸੀਂ ਦੇਸ਼ ਤੋਂ ਬਾਹਰ ਨਿਕਲਦੇ ਹੋ, ਦੇਸ਼ ਪੰਜਾਬ ਤੋਂ ਬਾਹਰ ਨਿਕਲਦੇ ਹੋ, ਪਾਕਿਸਤਾਨ ਤੋਂ ਬਾਹਰ ਨਿਕਲਦੇ ਹੋ, ਤਾਂ ਤੁਹਾਨੂੰ ਬੜਾ ਔਖਾ ਹੋ ਜਾਂਦਾ ਹੈ ਹਲਾਲ ਫੂਡ ਨੂੰ ਲੱਭਣਾ। ਲੇਕਿਨ ਇਹ ਬੜੀ ਮਜ਼ੇਦਾਰ ਦੀ ਗੱਲ ਹੈ ਕਿ ਅੱਜ ਕੱਲ੍ਹ ਹਰ ਰੈਸਟੋਰੈਂਟ ਦੇ ਬਾਹਰ ਇੱਥੇ ਲਿਖਿਆ ਹੋਇਆ ਜਿੱਥੇ ਹਲਾਲ ਚੀਜ਼ਾਂ ਅਵੇਲੇਬਲ ਨੇ, ਯਾਨੀ ਕਿ 100%। ਮੈਂ ਤੁਹਾਨੂੰ ਲੈ ਕੇ ਆਇਆ ਵਾਂ ਹਮਾਰੇ ਖਾਣੇ ਹਮਾਰੀ ਪਹਿਚਾਣ ਦੇ ਨਾਲ, ਤੁਹਾਨੂੰ ਲੈ ਕੇ ਆਇਆ ਮੈਂ ਸੰਤਾ ਕਲਾਰਾ ਦੇ ਵਿੱਚ ਸ਼ਾਨ ਰੈਸਟੋਰੈਂਟ 'ਤੇ, ਲੋਰੀਆਂ ਦੇ ਰੈਸਟੋਰੈਂਟ 'ਤੇ। ਕਿਆ ਬਾਤ ਹੈ, ਇੱਥੇ ਤੜਕੇ ਵੀ ਲੱਗਦੇ ਨੇ ਅਤੇ ਭੇਜੋਰਾਈ ਵੀ ਮਿਲਦਾ, ਦਿਮਾਗ ਯਾਨੀ ਕਿ ਮਗਜ਼ ਕਹਿ ਲਓ ਤੁਸੀਂ। ਇਹ ਤੁਸੀਂ ਦੇਖੋ ਉਹਨਾਂ ਦੀ ਸਪੈਸ਼ਲਿਟੀ ਹੈ, ਚਿਕਨ ਟਿੱਕਾ, ਬੋਟੀ, ਤੁਸੀਂ ਕਹਿ ਲਵੋ ਕਿ ਬਾਰਬੀਕਿਊ ਦੀ ਜਿਹੜੀ ਹੈ ਪੂਰੀ ਸਾਰੀ ਤੁਹਾਨੂੰ ਮਿਲੇਗੀ ਇੱਥੇ। ਗੱਲ ਕਰਦਾ ਮੈਂ ਜਿਵੇਂ ਕਲਚਰ ਦੀ, ਪੰਜਾਬੀ ਕਲਚਰ ਦੀ, ਤਾਂ ਫਿਰ ਮੈਨੂੰ ਹੱਸੀ ਵੀ ਆਉਂਦੀ ਹੈ ਅਤੇ ਖੁਸ਼ੀ ਵੀ ਹੁੰਦੀ ਹੈ ਕਿ ਜਿੱਥੇ ਰੋੜਾ ਸੁੱਟੋ ਉੱਥੇ ਪੰਜਾਬੀ ਲੱਭ ਜਾਂਦਾ। ਉਹੀ ਚੀਜ਼ ਨੂੰ ਮੈਂ ਐਕਸਪਲੋਰ ਕਰ ਰਿਹਾ ਕਿ ਵੀ ਸਾਡੇ ਪੰਜਾਬੀ ਜਿੱਥੇ ਵੀ ਤੁਸੀਂ ਜਾਓ, ਤੁਹਾਨੂੰ ਫ੍ਰੀ ਮੋਡ ਦੇ ਵਿੱਚ ਜਾਓ, ਸੈਂਟ ਜੋਜ ਦੇ ਸੈਂਟਰ ਡਾਊਨ ਟਾਊਨ 'ਚ ਜਾਓ, ਤੁਸੀਂ ਸੰਤਾ ਕਲਾਰਾ ਦੇ ਵਿੱਚ ਜਾਓ ਜਾਂ ਤੁਸੀਂ ਕ੍ਰਮਿੰਟਰ ਜਾਓ, ਜਿੱਥੇ ਵੀ ਜਾਓ ਉੱਥੇ ਇੰਡੀਅਨ ਐਂਡ ਪਾਕਿਸਤਾਨੀ ਕੁਜ਼ੀਨ ਜਿਹੜੇ ਆ ਉਹ ਤੁਹਾਨੂੰ ਆਰਾਮ ਨਾਲ ਲੱਭ ਜਾਣਗੇ। ਇਹੀ ਚੀਜ਼ ਲੈ ਕੇ ਭਾਈ ਜਿਹੜੇ ਇੱਛਰੇ ਦੇ ਸਾਡੇ ਆਮਿਰ ਭਾਈ ਜਾਨ ਨੇ, ਇਹਨਾਂ ਦਾ ਇੱਥੇ ਖਾਣ ਪਕਾਉਣ ਦਾ ਆਪਣਾ ਕੰਮ ਉੱਤੇ ਲੈ ਜਾਂਦੇ ਇਹਨਾਂ ਦਾ। ਔਰ ਇੱਥੇ ਤੁਹਾਨੂੰ ਇੰਡੀਅਨ ਔਰ ਪਾਕਿਸਤਾਨੀ ਖਾਣੇ ਹਰ ਕਿਸਮ ਦੇ ਅਵੇਲੇਬਲ ਨੇ, ਜਿਹੜੇ ਕਿ ਤੁਹਾਨੂੰ ਸਪੈਸ਼ਲੀ ਜਿਹੜੇ ਲੋਰੀਏ ਨੇ ਜਿਨ੍ਹਾਂ ਨੂੰ ਆਪਣਾ ਪੰਜਾਬੀ ਜਿਹੜੇ ਨੇ, ਕਿਉਂਕਿ ਤੁਹਾਨੂੰ ਪਤਾ ਕਿ ਲੋਕ ਕਹਿੰਦੇ ਨੇ ਦੁਨੀਆਂ ਦੇ ਵਿੱਚ ਪੰਜਾਬੀ ਸਿਰਫ ਖਾਣ ਲਈ ਦੁਨੀਆਂ ਦੇ ਪੈਦਾ ਹੋਏ ਨੇ, ਅਤੇ ਇਹਦੇ 'ਚ ਕੋਈ ਸ਼ੱਕ ਨਹੀਂ, ਲੋਰੀਏ ਸਪੈਸ਼ਲੀ ਜਿਹੜੇ ਨੇ ਉਹ ਖਾਣ ਪੀਣ ਦੇ ਉੱਤੇ ਜ਼ਿਆਦਾ ਜ਼ੋਰ ਹੁੰਦਾ ਥੋੜ੍ਹਾ ਜਿਹਾ। ਅਸਲਾਮ ਵਾਲੇਕੁਮ ਜੀ, ਅਮਰ ਭਾਈ ਕਿੰਨੀ ਦੇਰ ਹੋ ਗਈ ਆ ਹੋਟਲ ਕਰਦੇ? 12 ਸਾਲ ਹੋ ਗਏ ਨੇ। ਅਤੇ ਕੈਸਾ ਐਕਸਪੀਰੀਅੰਸ ਇੱਥੇ ਆ ਕੇ ਹੋਟਲ ਕਰਨ ਦਾ? ਚੰਗਾ ਐਕਸਪੀਰੀਅੰਸ ਹੈਗਾ, ਕਾਫੀ ਕਮਿਊਨਿਟੀ ਹੈ ਆਪਣੀ, ਪੰਜਾਬੀਆਂ ਦੀ ਵੀ, ਇੰਡੀਅਨ ਦੀ ਵੀ, ਪਾਕਿਸਤਾਨ ਦੀ ਵੀ ਹੈਗਾ, ਅਤੇ ਖਾਣਾ ਦੇਸੀ ਹੈ ਨਾ। ਦੇਸੀ ਖਾਣਾ ਤੁਹਾਡੀ ਪਹਿਚਾਣ ਬਣੀ ਹੋਈ ਹੈ ਇੱਥੇ, ਮੈਨੂੰ ਇਹਨਾਂ ਨੇ ਸਪੈਸ਼ਲੀ ਦੱਸਿਆ ਜੀ ਇੱਥੇ ਪਾਕਿਸਤਾਨੀਆਂ ਦਾ ਹੋਟਲ ਹੈ, ਬੜਾ ਮਜ਼ੇਦਾਰ। ਔਰ ਮੈਂ ਡਾਕਟਰ ਸਾਹਿਬ ਅਤੇ ਮਾਸ਼ਾਅੱਲਾ ਉੱਥੇ ਵੀ ਜਿਹੜੇ ਨੇ ਇੱਥੇ ਸ਼ਾਨ ਤੁਹਾਡੇ ਅਤੇ ਰੈਸਟੋਰੈਂਟ 'ਤੇ ਆਏ ਨੇ, ਅਤੇ ਉੱਥੇ ਜਿਹੜੇ ਨੇ ਦੂਸਰੀ ਲਾਹੌਰੀ ਟੇਸਟ ਨੂੰ ਇੱਥੇ ਬੈਲੈਂਸ ਰੱਖਣ ਵਾਸਤੇ, ਸਪੈਸ਼ਲੀ ਬਿਰਿਆਨੀ, ਕਬਾਬ, ਚਿਕਨ ਕਬਾਬ ਔਰ ਚਿਕਨ ਸੀਖ ਕਬਾਬ ਜਿਹੜਾ ਜਿਹੜਾ ਕਿ ਜਿਹਦਾ ਕੋਈ ਜੋੜ ਨਹੀਂ ਹੈ ਲਾਹੌਰ ਤੋਂ? ਪਹਿਲੇ ਜਿਹੜੀ ਗੱਲ ਹੈਗੀ ਨਾ, ਜਿਹੜਾ ਮੀਟ ਹੈਗਾ ਨਾ, ਮੀਟ ਤੁਹਾਨੂੰ ਜਿਹੜਾ ਚੰਗਾ ਮਿਲੇ ਤਾਂ ਚੀਜ਼ ਚੰਗੀ ਬਣਦੀ ਹੈ। ਜਿੱਦਾਂ ਸਾਡੇ ਬੋਰ ਕੜਾਈ ਅਸੀਂ ਨਾ ਨਿਊਜ਼ੀਲੈਂਡ ਨਾ ਆਸਟ੍ਰੇਲੀਆ ਯੂਜ਼ ਕਰਦੇ ਹਾਂ, ਅਸੀਂ ਫਰੈਸ਼ ਯੂਜ਼ ਕਰਦੇ ਹਾਂ, ਚਿਕਨ ਵੀ ਜਿਹੜਾ ਅਸੀਂ ਯੂਜ਼ ਕਰਦੇ ਹਾਂ ਸਾਰਾ ਔਰਗੈਨਿਕ ਹੈਗਾ ਉਹ। ਓਕੇ, ਮੇਨ ਚੀਜ਼ ਹੈਗੀ ਬਣਦਾ ਅਤੇ ਮਸਾਲੇ ਦੇ ਨਾਲ, ਨਿਮਕ ਮਿਰਚ ਹਲਦੀ ਨਾਲ ਵੀ ਸਾਰਾ ਕੁਛ, ਲੇਕਿਨ ਮੇਨ ਚੀਜ਼ ਜਿਹੜੀ ਹੈਗੀ ਨਾ ਗੋਸ਼ਤ। ਸਹੀ, ਲੋੜ ਜਿਹੜਾ ਲੋੜ ਰਹਿੰਦਾ, ਲੋੜ ਦਾ ਖਾਣੇ ਦਾ ਪਤਾ ਉਹਨੂੰ, ਗੋਸ਼ਤ ਦਾ ਹੀ ਪਤਾ, ਤਾਜ਼ਾ ਗੋਸ਼ਤ ਨਹੀਂ ਹੋਏਗਾ ਅਤੇ ਰੋਲਾ ਹੋਏਗਾ, ਰੋਲਾ ਹੈਗਾ। ਇੱਥੇ ਲੋਕ ਜਿਹੜੇ ਨੇ ਬੱਕਰੀ ਦਾ ਗੋਸ਼ਤ ਬੱਕਰਾ ਸਮਝ ਕੇ ਵੇਚਦੇ ਨੇ, ਐਜ਼ ਮੇਨ ਚੀਜ਼ ਹੈਗੀ ਸਾਡੀ। ਗੋਲ ਕੜਾਈ ਜਿਹੜੀ ਮਟਨ ਕੜਾਈ ਬਹੁਤ ਮਸ਼ਹੂਰ ਹੈਗੀ ਹੈ, ਕਿਉਂਕਿ ਅਸੀਂ ਬੱਕਰੇ ਦਾ ਵੇਚਦੇ ਹਾਂ, ਬੱਕਰੀ ਦਾ ਨਹੀਂ। ਬੱਕਰੀ ਦਾ ਨਹੀਂ, ਤਾਂ ਦੋਵਾਂ ਦਾ ਟੇਸਟ 'ਚ ਅਗਰ ਕੋਈ ਮਟਨ ਖਾਣ ਵਾਲਾ ਤਾਂ ਫੌਰੀ ਤੌਰ ਦੇ ਉੱਤੇ ਪਛਾਣ ਲੱਗਾ, ਲੈਮ ਜਿਹੜਾ ਦੁੰਬਾ ਉਹਦਾ ਅਲੱਗ ਹੈ, ਅਤੇ ਬਾਕੀ ਦੀ ਗੱਲ ਨਹੀਂ, ਇੱਥੇ ਬੱਕਰਿਆਂ ਦੇ ਘੱਟ ਗੋਸ਼ ਮਿਲਦਾ, ਬੱਕਰੀ ਦਾ ਜ਼ਿਆਦਾ ਮਿਲਦਾ। ਓਕੇ, ਗੋਟ ਦਾ ਯਾਨੀ ਕਿ ਫੀਮੇਲ ਜਿਹੜੀ ਹੈ ਉਹਦਾ ਜ਼ਿਆਦਾ ਗੋਸ਼ ਮਿਲਦਾ, ਉਹਦਾ ਟੇਸਟ ਨਹੀਂ ਹੈਗਾ, ਅਤੇ ਜਿਹੜਾ ਮੇਲ ਹੁੰਦਾ ਉਹਦੇ ਦੇਖ ਲਓ। ਇਹ ਬੜੀ ਪੱਤੇ ਦੀ ਗੱਲ ਹੈ, ਬੜੀ ਪੱਤੇ ਦੀ ਗੱਲ ਹੈ, ਬਹੁਤ ਦੇਰ ਬਾਅਦ ਪਤਾ ਚੱਲਿਆ ਸੀ, ਅਤੇ ਇਹ ਮੇਨ ਚੀਜ਼ ਹੈ। ਮੈਨੂੰ ਬੜਾ ਅੱਛਾ ਲੱਗਾ ਜੀ, ਮੈਂ ਇੱਥੇ ਅੱਜ ਚਿਕਨ ਬਿਰਿਆਨੀ ਤੁਹਾਡੀ ਟੇਸਟ ਕੀਤੀ, ਸੀਖ ਕਬਾਬ ਟੇਸਟ ਕੀਤਾ, ਔਰ ਇਸ ਤੋਂ ਪਹਿਲੇ ਮੈਂ ਫ੍ਰੀ ਮਾਊਂਟ ਜਿਹੜਾ ਮਤਲਬ ਮੈਂ ਗਿਆ ਸੀ ਉੱਥੇ ਪਕਵਾਨ ਰੈਸਟੋਰੈਂਟ ਦੇ ਉੱਤੇ, ਤਾਂ ਉੱਥੇ ਵੀ ਇੰਡੀਅਨ ਪਾਕਿਸਤਾਨੀ ਕੁਜ਼ੀਨ ਦੇ ਮਤਲਬ ਮੈਂ ਜਿਹੜਾ, ਮੇਰਾ ਬੜਾ ਅੱਛਾ ਐਕਸਪੀਰੀਅੰਸ ਰਿਹਾ, ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਪਹਿਲੇ ਵੀ, ਤੁਹਾਡਾ ਨਾਮ ਬਹੁਤ ਅੱਛਾ ਹੈ, ਅਤੇ ਉਮੀਦ ਕਰਨਾ ਵਾ ਕਿ ਅੱਲਾਹ ਤਾਲਾ ਮਜ਼ੀਦ ਤੁਹਾਡੇ ਕੰਮ 'ਚ ਬਰਕਤ ਪਾਵੇ, ਔਰ ਅੱਛਾ ਲੱਗਿਆ ਇੱਥੇ ਆ ਕੇ, ਔਰ ਇੱਕ ਪ੍ਰਦੇਸ਼ ਦੇ ਵਿੱਚ ਆ ਕੇ ਆਪਣੇ ਦੇਸ਼ ਦੀਆਂ ਖੁਸ਼ਬੂਆਂ ਔਰ ਆਪਣੇ ਦੇਸ਼ ਦੇ ਜਿਹੜੇ ਖਾਣੇ ਨੇ ਉਹਨਾਂ ਦਾ ਮਜ਼ਾ ਹੀ ਕੁਛ ਹੋਰ ਹੁੰਦਾ। ਔਰ ਡਾਕਟਰ ਸਾਹਿਬ ਪੂਰੇ ਲੋਰੀ ਖਾਣਿਆਂ ਲੱਗੇ ਹੋਏ ਨੇ, ਮੈਂ ਦੇਖਿਆ, ਘਰ ਵੀ ਉਹਨਾਂ ਦੇ ਉਂਝ ਹੀ ਪੱਕਦਾ, ਠੀਕ ਹੈ ਕਿ ਨਹੀਂ? ਔਰ ਇਹਨਾਂ ਦਾ ਪਿਆਰ ਵੀ ਸਾਰਾ ਜਿਹੜਾ ਨਾ ਬਹੁਤ ਜ਼ਿਆਦਾ ਪੰਜਾਬੀ ਕਮਿਊਨਿਟੀ ਨਾਲ, ਔਰ ਪੰਜਾਬੀ ਕਮਿਊਨਿਟੀ ਦੇ ਨਾਲ ਇਹਨਾਂ ਦੀ ਬਹੁਤ ਸਰਵਿਸਿਜ਼ ਨੇ। ਮੈਂ ਕਹਾਂਗਾ ਅਗਰ ਇਹ ਸਾਡੇ ਦੋਵਾਂ ਪਾਸੇ ਜਾਂ ਸਭ ਪੂਰੇ ਸਬ ਕੋਂਟੀਨੈਂਟ ਦੇ ਵਿੱਚ
ਅਗਰ ਇਸ ਤਰ੍ਹਾਂ ਦੇ ਲੋਕ ਹੋਣ ਤਾਂ ਮੇਰਾ ਖਿਆਲ ਹੈ ਨਫ਼ਰਤਾਂ ਖਤਮ ਹੋ ਜਾਣਗੀਆਂ ਜਿਹੜੀ ਜਿਹੜੀ ਇਸ ਵਕਤ ਦੀ ਸਭ ਤੋਂ ਅਹਿਮ ਜ਼ਰੂਰਤ ਹੈ। ਜੀ ਬਿਲਕੁਲ, ਉਹ ਤਾਂ ਖੈਰ ਮੈਂ ਇੱਥੇ ਆ ਕੇ ਦੇਖਿਆ, ਲੇਕਿਨ ਮੈਂ ਕਹਿੰਦਾ ਵਾਂ ਕਿ ਇਹਨੂੰ ਇਹਨੂੰ ਇਸ ਸਰਹੱਦ ਤੋਂ ਵੀ ਬਾਹਰ ਜਾਣਾ ਚਾਹੀਦਾ ਹੈ ਨਾ, ਕਿ ਪਾਕਿਸਤਾਨ ਔਰ ਇੰਡੀਆ ਤੋਂ ਬਾਹਰ ਜਦੋਂ ਨਿਕਲਦੇ ਨੇ ਲੋਕ ਤੇ ਉੱਥੇ ਆ ਕੇ ਤੇ ਬਹੁਤ ਜ਼ਿਆਦਾ ਮੇਰੀ ਗੱਲ ਨੂੰ ਤੁਸੀਂ ਸਮਝੋ ਕਿ ਉੱਥੇ ਇੱਕ ਦੂਜੇ ਨਫ਼ਰਤ, ਜਦੋਂ ਜਿਵੇਂ ਹੀ ਅਸੀਂ ਦੁਬਈ ਪੋਰਟ ਤੇ ਪਹੁੰਚਦੇ ਹਾਂ ਤਾਂ ਜਨਾਬੇ ਲਈ ਇੱਕ ਦੂਜੇ ਦੇ ਨਾਲ ਸਾਰਿਆਂ ਦੇ ਮਤਲਬ ਕਿ ਉਸੇ ਤਰ੍ਹਾਂ ਹੀ ਪਿਆਰ ਮੁਹੱਬਤ ਔਰ ਖਲੂਸ ਜਿਹੜਾ ਬਰਕਤ, ਚਲੋ ਅੱਲਾਹ ਤਾਲਾ ਇਸ ਪਿਆਰ ਖਲੂਸ ਨੂੰ ਬਰਾਬਰ ਰੱਖੇ। ਇਹ ਜਿਹੜੀ ਲੋਕ ਨਫ਼ਰਤ ਦੀਆਂ ਦੀਵਾਰਾਂ ਖੜੀਆਂ ਕਰ ਰਹੇ ਨੇ, ਅੱਲਾਹ ਕਰੇ ਇਹਨਾਂ ਦਾ ਮੂੰਹ ਕਾਲਾ ਹੋਵੇ ਔਰ ਇਹ ਲੋਕਾਂ ਦਾ ਜਿਹੜਾ ਪਿਆਰ ਖਤਮ ਹੋਣ ਵਾਲਾ ਜਿਹੜਾ ਕਰ ਰਹੇ ਨੇ ਇਹਨਾਂ ਨੂੰ, ਉਹਨਾਂ ਨੂੰ ਸਿਰਫ ਡਿਫੋਲਟ ਹੋਣਾ ਚਾਹੀਦਾ ਔਰ ਪਿਆਰ ਨੂੰ ਹਮੇਸ਼ਾ ਜਿਹੜਾ ਉਹ ਵਧਣਾ ਚਾਹੀਦਾ ਅੱਗੇ। ਪਿਆਰ ਦਾ ਪੈਗਾਮ ਲੈ ਕੇ ਮੈਂ ਪਹੁੰਚਿਆ ਸੀ ਸੰਤਾ ਕਲਾਰਾ ਸ਼ਾਨ ਰੈਸਟੋਰੈਂਟ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਪੰਜਾਬੀ ਬਾਬਾ ਸੰਤਾ ਕਲਾਰਾ। ਓਕੇ, ਥੈਂਕ ਯੂ।